ਗੱਲ ਅੱਜ ਦੀ ਦੋਸਤੋ ਅੱਜ ਦੀ ਗੱਲ ਕੋਵਿਡ-19 ਬਾਰੇ ਕੋਵਿਡ-19 ਬਾਰੇ ਅਸੀਂ ਲਗਭਗ ਪਿਛਲੇ 2 ਸਾਲਾਂ ਤੋਂ 22 ਮਹੀਨਿਆਂ ਤੋਂ ਗੱਲਾਂਬਾਤਾਂ ਕਰਦੇ ਆਏ ਹਾਂ ਬਹੁਤ ਵਾਰੀ ਗੱਲਾਂਬਾਤਾਂ ਕੀਤੀਆਂ ਬਹੁਤ ਵਾਰੀ ਬੜੇ ਡਰਾਉਨੇ ਅੰਕੜੇ ਸਾਡੇ ਸਾਹਮਣੇ ਆਏ ਬਹੁਤ ਵਾਰੀ ਇਹੋ ਜਿਹੇ ਮਾਈਲਸਟੋਨ ਆਏ ਜਿਹਨੂੰ ਅਸੀਂ ਕ੍ਰੋਸ ਕੀਤਾ ਜਿਹਦੇ ਉੱਤੋਂ ਲੰਘੇ ਜਦੋਂ ਕੋਵਿਡ-19 ਸ਼ੁਰੂ ਹੋਇਆ ਸੀ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਸੀ ਲੋਕ ਵੱਖ-ਵੱਖ ਰიੱਖੀਆਂ ਗੱਲਾਂ ਕਰਦੇ ਸੀ ਕਿ ਕਿੰਨਾ ਚਿਰ ਕੋਵਿਡ-19 ਰਹਿਣਾ ਹੈ ਕਿੰਨੀਆਂ ਕਿਤੇ ਨਾਲ ਮੌਤਾਂ ਹੋ ਸਕਦੀਆਂ ਬਹੁਤ ਸਾਰੀਆਂ ਓਪੀਸ਼ਣ ਗੋਈਆਂ ਕੀਤੀਆਂ ਗਈਆਂ ਸੀ ਅੱਜ ਜਦੋਂ ਅਸੀਂ ਸੋਮਵਾਰ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਦੁਨੀਆ ਦੇ ਵਿੱਚ ਕੋਵਿਡ-19 ਵਾ 19 ਨਾਲ ਹੋਈਆਂ ਮੌਤਾਂ ਦੀ ਗਿਣਤੀ 5 ਮਿਲੀਅਨ ਨੂੰ ਕਰਾਸ ਕਰ ਚੁੱਕੀ ਹੈ 5 ਮਿਲੀਅਨ 2 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਔਰ ਇਸ ਕੋਵਿਡ-19 ਦੇ ਉੱਤੇ ਜਦੋਂ ਅਸੀਂ ਪਿਛਲੇ 2 ਸਾਲਾਂ ਦੇ ਉੱਤੇ ਨਿਗਾਹ ਮਾਰਦਿਆਂ ਤਾਂ ਬਹੁਤ ਕੁਝ ਸਾਡੇ ਸਾਹਮਣੇ ਸਾਨੂੰ ਨਜ਼ਰ ਆਉਂਦਾ ਇੱਕ ਤਾਂ ਇਹ ਨੇ ਇਹ ਕੀਤਾ ਕਿ ਅਸੀਂ ਆਮ ਤੌਰ ਤੇ ਕਹਿੰਨੇ ਆ ਕਿ ਕੁਦਰਤ ਨੇ ਅਮੀਰ ਗਰੀਬ ਦਾ ਕੋਈ ਵਿਤਕਰਾ ਨਹੀਂ ਕੀਤਾ ਕੋਵਿਡ ਅਮੀਰ ਨੂੰ ਵੀ ਹੋਇਆ ਕੋਵਿਡ ਗਰੀਬ ਨੂੰ ਵੀ ਹੋਇਆ ਦੇਸ਼ਾਂ ਦੇ ਰਾਸ਼ਟਰਪਤੀਆਂ ਨੂੰ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਗਰੀਬ ਮਜ਼ਦੂਰਾਂ ਤੱਕ ਨੂੰ ਕੋਵਿਡ ਹੋਇਆ ਪਰ ਥੋੜੇ ਜਿਹਾ ਅੰਕੜੇ ਨੂੰ ਘੋਖਦੇ ਆ ਤਾਂ ਕੁਝ ਥਾਵਾਂ ਦੇ ਉੱਤੇ ਨੇ ਅਸਰ ਵਧ ਕੀਤਾ ਕੁਝ ਥਾਵਾਂ ਦੇ ਉੱਤੇ ਨੇ ਅਸਰ ਘਟ ਕੀਤਾ ਇੱਕ ਆਮ ਧਾਰਨਾ ਦੇ ਉਲਟ ਅਮੀਰ ਦੇਸ਼ਾਂ ਦੇ ਵਿੱਚ ਇਹਦਾ ਅਸਰ ਜ਼ਿਆਦਾ ਹੋਇਆ ਗਰੀਬ ਦੇਸ਼ਾਂ ਦੇ ਵਿੱਚ ਜਾਂ ਜਿਹੜੇ ਇੰਨੇ ਹਾਈ ਇਨਕਮ ਨਹੀਂ ਆ ਉਹਨਾਂ ਦੇ ਉੱਤੇ ਇਹਦਾ ਅਸਰ ਜਿਹੜਾ ਉਹ ਘੱਟ ਹੋਇਆ ਦੱਸਿਆ ਜਾ ਰਿਹਾ ਜਿਹੜੀ ਹੈਲਥ케ਅਰ ਸਿਸਟਮ ਸੀਗਾ ਹਾਲਾਂਕਿ ਉੱਤੇ ਏ ਕਲਾਸ ਹੈਲਥ케ਅਰ ਸਿਸਟਮ ਸੀ ਕੋਈ ਉਤੇ ਇਹਦਾ ਇੰਨਾ ਜ਼ਿਆਦਾ ਅਸਰ ਕਿਉਂ ਹੋਇਆ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਦੇਖਿਆ ਜਾਵੇ ਯੂਨਾਈਟਿਡ ਸਟੇਟਸ ਯੂਰੋਪੀਅਨ ਯੂਨੀਅਨ ਬ੍ਰਿਟਨ ਬ੍ਰਾਜ਼ੀਲ ਜਿਹੜੀਆਂ ਅਪਰ ਮਿਡਲ ਜਾਂ ਹਾਈ ਇਨਕਮ ਕੰਟਰੀ ਸਿਗੀਆਂ ਇਹਨਾਂ ਦੇ ਵਿੱਚ ਦੁਨੀਆ ਦੇ ਵਿੱਚ 1 ਜਿਹੜੀ 1/8th ਲੋਕ ਰਹਿੰਦੇ ਆ ਇੰਨੇ ਕ ਘੱਟ ਲੋਕ ਇੱਥੇ ਰਹਿੰਦੇ ਆ ਪੋਪੂਲੇਸ਼ਨ ਦੇ ਪਰ ਜਿਹੜੀਆਂ ਕੋਵਿਡ ਨਾਲ ਮੌਤਾਂ ਹੋਈਆਂ ਉਹ ਇੱਥੇ ਅੱਧੀਆਂ ਤੋਂ ਜ਼ਿਆਦਾ ਹੋਈਆਂ ਟੋਟਲ ਕੋਵਿਡ ਨਾਲ ਹੋਈਆਂ ਮੌਤਾਂ ਵਿੱਚੋਂ ਅੱਧੀਆਂ ਨਾਲੋਂ ਜ਼ਿਆਦਾ ਮੌਤਾਂ ਅਮਰੀਕਾ ਦੇ ਵਿੱਚ ਯੂਰੋਪੀਅਨ ਯੂਨੀਅਨ ਤੇ ਬ੍ਰਿਟਨ ਬ੍ਰਾਜ਼ੀਲ ਇਹਨਾਂ ਨੂੰ ਰਲਾ ਕੇ ਹੋਈਆਂ ਜਦੋਂ ਕਿ ਅੱਠਵਾਂ ਹਿੱਸਾ ਲੋਕ ਸਿਰਫ ਪੋਪੂਲੇਸ਼ਨ ਜਿਹੜੀ ਹੈ ਇੱਥੇ ਰਹਿੰਦੀ ਹੈ ਇਕੱਲੇ ਯੂ ਐਸ ਦੇ ਵਿੱਚ ਹੀ 7 ਲੱਖ ਦੇ ਨੇੜੇ-ਤੇੜੇ ਅੰਕੜਾ ਪਹੁੰਚਾ ਪਿਆ ਮੌਤਾਂ ਦਾ ਸੋ ਇਹ ਇੱਕ ਬੜਾ ਜਿਹੜਾ ਡਰਾਉਣਾ ਇਹਦਾ ਚਿਹਰਾ ਸੀ ਕਿ ਕਿੱਥੇ ਨੇ ਜ਼ਿਆਦਾ ਅਸਰ ਕੀਤਾ ਤੇ ਕਿੱਥੇ ਨੇ ਘੱਟ ਅਸਰ ਕੀਤਾ ਇਹਨਾਂ ਅਮੀਰ ਦੇਸ਼ਾਂ ਦੇ ਵਿੱਚ ਵੀ ਜਦੋਂ ਤੁਸੀਂ ਅੱਗੇ ਦੇਖਦੇ ਆ ਤਾਂ ਜਿਹੜੇ ਕੁਛੜੇ ਬਲੈਕ ਸੀਗੇ ਹਿਸਪੈਨਿਕ ਸੀਗੇ ਉਹਨਾਂ ਦੇ ਉੱਤੇ ਇਹਦਾ ਅਸਰ ਸਭ ਤੋਂ ਜ਼ਿਆਦਾ ਹੋਇਆ ਹੁਣ ਕਾਰਨ ਕੀ ਸੀ ਕਿ ਜਿਹੜੀਆਂ ਡਿਵੈਲਪਿੰਗ ਕੰਟਰੀ ਸੀਗੀਆਂ ਉੱਥੇ ਇਹਦਾ ਅਸਰ ਇੰਨਾ ਜ਼ਿਆਦਾ ਕਿਉਂ ਨਹੀਂ ਹੋਇਆ ਇਹਦਾ ਕਾਰਨ ਹੀ ਦੱਸਿਆ ਜਾ ਰਿਹਾ ਇੱਕ ਕਾਰਨ ਇਹ ਆ ਕਿ ਜਿਹੜੀ ਬਜ਼ੁਰਗ ਪੋਪੂਲੇਸ਼ਨ ਸੀ 올ਡੇਜ ਪੋਪੂਲੇਸ਼ਨ ਸੀ ਉਹ ਬਹੁਤ ਹੀ ਜ਼ਿਆਦਾ ਅਮੀਰ ਦੇਸ਼ਾਂ ਦੇ ਵਿੱਚ ਆ ਕਿਉਂਕਿ ਉੱਥੇ ਲਾਈਫ ਐਕਸਪੈਕਟੈਂਸੀ ਜ਼ਿਆਦਾ ਆ ਬੰਦੇ ਦੀ ਉਮਰ ਜ਼ਿਆਦਾ ਆਇਆ ਤੇ ਇਸ ਕਰਕੇ ਉਹ ਜ਼ਿਆਦਾ ਉਮਰ ਤੱਕ ਜਿਉਂਦਾ ਰਹਿੰਦਾ ਤੇ ਇਹ ਉਹ ਲੋਕ ਸੀ ਜਿਹੜੇ ਵਲਨਰੇਬਲ ਸੀਗੇ ਜਿਨ੍ਹਾਂ ਦੇ ਉੱਤੇ ਕੋਵਿਡ-19 ਅਸਰ ਕਰ ਸਕਦਾ ਸੀ ਅਮਰੀਕਾ ਦੇ ਵਿੱਚ ਕੈਂਸਰ ਸਰਵਾਈਵਰ ਬਹੁਤ ਆ ਬੰਦੇ ਨੂੰ ਮਰਨ ਹੀ ਨਹੀਂ ਦਿੰਦੇ ਬਚਾ ਲੈਂਦੇ ਆ ਪਰ ਉਹ ਕਿਤੇ ਨਾ ਕਿਤੇ ਤਾਂ ਵਲਨਰੇਬਲ ਹੈਗਾ ਨਾ ਉਹਦੇ ਲਈ ਤੇ ਉੱਥੇ ਇਹਨਾਂ ਦੇਸ਼ਾਂ ਦੇ ਵਿੱਚ ਦੱਸਦੇ ਆ ਕਿ ਫਿਰ ਇਸ ਕਰਕੇ ਜਿਹੜਾ ਜਿਆਦਾ ਮੌਤਾਂ ਹੋਈਆਂ ਔਰ 5 ਮਿਲੀਅਨ ਛੋਟਾ ਨਹੀਂ ਹੁੰਦਾ ਲਾਸ Ăਂਜੇਸ ਤੇ ਸੈਨ ਫਰਾਂਸਿਸਕੋ ਦੀ ਸਾਰੀ ਪੋਪੂਲੇਸ਼ਨ ਮਿਲਾ ਲਓ ਤਾਂ ਇੰਨੀ ਹੁੰਦੀ ਆ 1950 ਤੋਂ ਬਾਅਦ ਦੇਸ਼ਾਂ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਉਹਦੇ ਵਿੱਚ ਇੰਨੇ ਲੋਕ ਨਹੀਂ ਮਰੇ ਜਿੰਨੇ ਇਹਦੇ ਨਾਲ ਮਰ ਗਏ ਆ ਕੋਵਿਡ-19 ਤੀਜਾ ਐਸ ਵੇਲੇ ਲੀਡਿੰਗ ਕੌਜ਼ ਬਣ ਗਿਆ ਮੌਤਾਂ ਦਾ ਸਭ ਤੋਂ ਪਹਿਲਾਂ ਹਾਰਟ ਅਟੈਕ ਆ ਦੋ ਨੰਬਰ ਦੇ ਉੱਤੇ ਸਟ੍ਰੋਕ ਆ ਤੇ ਤੀਜੇ ਨੰਬਰ ਦੇ ਉੱਤੇ ਸਭ ਤੋਂ ਵੱਧ ਮੌਤਾਂ ਇਸ ਵੇਲੇ ਕੋਵਿਡ-19 ਨਾਲ ਹੋ ਰਹੀਆਂ ਆ ਔਰ ਐਸ ਵੇਲੇ ਜਦੋਂ ਬਹੁਤ ਸਾਰੇ ਲੋਕ ਜਿਹੜੇ ਦੇਸ਼ ਆ ਗਰੀਬ ਦੇਸ਼ ਆ ਉਹ ਕੋਵਿਡ-19 ਦੀ ਅਸ ਵੇਲੇ ਜੂਜ ਰਹੇ ਆ ਉਹਨਾਂ ਕੋਲੇ ਵੈਕਸੀਨ ਨਹੀਂ ਪਹੁੰਚੀ ਜਿਹੜੇ ਬਹੁਤ ਥੋੜੇ ਜੀ ਪਰਸੈਂਟ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਲੋਕਾਂ ਨੂੰ ਵੈਕਸੀਨ ਲੱਗੀ ਆ ਯੂਕਰੇਨ ਦੇ ਵਿੱਚ 17% ਲੋਕਾਂ ਨੂੰ ਵੈਕਸੀਨ ਲੱਗੀ ਆ ਅਰਮੀਨੀਆ ਦੇ ਵਿੱਚ 7% ਲੋਕਾਂ ਨੂੰ ਵੈਕਸੀਨ ਲੱਗੀ ਆ ਅਮੀਰ ਦੇਸ਼ ਜਿਹੜੇ ਆ ਅਮਰੀਕਾ ਵਰਗੇ ਉਹ ਤੀਜੀ ਤੀਜੀ ਡੋਜ਼ ਦੇ ਉੱਤੇ ਆ ਗਏ ਆ ਬੂਸਟਰ ਸ਼ਾਟ ਲੱਗਣ ਲੱਗ ਪਏ ਆ ਇਸ ਵੇਲੇ ਜਿਹੜੀ ਵੱਡੀ ਚਿੰਤਾ ਦੀ ਵਿਸ਼ਾ ਆ ਕਿ ਜਿੰਨਾ ਚਿਰ ਉਹਨਾਂ ਥਾਵਾਂ ਦੇ ਉੱਤੇ ਇਹ ਚੀਜ਼ ਨਹੀਂ ਪਹੁੰਚਦੀ ਉਹਨਾਂ ਚਿਰੇ ਕੋਵਿਡ ਤੋਂ ਛੁਟਕਾਰਾ ਨਹੀਂ ਹੋ ਸਕਦਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਵੱਖਰੇ ਵੱਖਰੇ ਰੂਪ ਬਦਲ ਲਵੇ ਪਰ ਇਹਦਾ ਹੋਰ ਜ਼ਿਆਦਾ ਨੁਕਸਾਨ ਜਿੰਨਾ ਚਿਰ ਇਹ ਸਾਰੀਆਂ ਥਾਵਾਂ ਦੇ ਤੋਂ ਖਤਮ ਨਹੀਂ ਹੁੰਦਾ ਉਹਨਾਂ ਚਿਰੇ ਦਾ ਹੋਰ ਨੁਕਸਾਨ ਜਿਹੜਾ ਆ ਇਸੇ ਤਰ੍ਹਾਂ ਲੱਗਦਾ ਆ ਕਿ ਹੋ ਹੀ ਜਾਊਗਾ ਜੇਕਰ ਇਹ ਨਾ ਰੁਕਿਆ ਔਰ ਅਫਰੀਕਾ ਦੇ ਕਿੰਨੇ ਦੇਸ਼ ਆ ਜਿੱਥੇ ਅਜੇ ਤੱਕ ਸਿੰਗਲ ਡੋਜ਼ ਵੀ ਨਹੀਂ ਪਹੁੰਚੀ ਪਰ ਜਿਹੜੀਆਂ ਅਮੀਰ ਦੇਸ਼ ਆ ਉਹਨਾਂ ਕੋਲੇ ਕਿੰਨੀ ਕਿੰਨੀ ਜਿਹੜੀ ਵੈਕਸੀਨ ਆ ਉਹ ਵਾਧੂ ਪਈ ਆ ਜਾਂ ਉਹਨਾਂ ਨੇ ਆਪਣੇ ਲਈ ਰਿਜ਼ਰਵ ਰੱਖੀ ਆ ਸੋ ਅੱਜ ਜਦੋਂ ਅਸੀਂ ਤੁਹਾਡੇ ਨਾਲ ਦੋ ਲਗਭਗ ਦੋ ਸਾਲਾਂ ਦੇ ਵਕਤ ਤੋਂ ਬਾਅਦ ਉਸ ਵੇਲੇ ਗੱਲਬਾਤ ਕਰ ਰਹੇ ਆ ਜਦੋਂ 5 ਮਿਲੀਅਨ ਲੋਕ ਕੋਵਿਡ-19 ਦਾ ਸ਼ਿਕਾਰ ਹੋ ਚੁੱਕੇ ਆ ਮੌਤ ਦਾ ਸ਼ਿਕਾਰ ਹੋ ਚੁੱਕੇ ਆ ਤਾਂ ਦੁਨੀਆ ਭਰ ਦੇ ਵਿਗਿਆਨੀ ਸਾਇੰਟਿਸਟ ਲੋਕ ਇਹ ਆਸ ਕਰਦੇ ਆ ਕਿ ਇਹ ਇੰਡੇਮਿਕ ਜਿਹੜੀ ਇਹ ਪੈਂਡੇਮਿਕ ਆ ਇੰਟੈਮਿਕ ਦੇ ਵਿੱਚ ਜਾਂ گاਾਂ ਦੂਜੀਆਂ ਚੀਜ਼ਾਂ ਦੇ ਵਿੱਚ ਵੱਟ ਜਵੇ ਤੇ ਹੌਲੀ ਹੌਲੀ ਖਤਮ ਹੋ ਜਵੇ ਇਹ ਅੱਗੇ ਨੂੰ ਨਾ ਵਧੇ ਪਿੱਛੇ ਨੂੰ ਮੁੜ ਚੁੱਕੀ ਹੈ ਓਵਰ ਆਲ ਦੁਨੀਆ ਦੇ ਵਿੱਚ ਪਰ ਸਾਰੇ ਦੇਸ਼ਾਂ ਦੇ ਵਿੱਚ ਇਹ ਪਿੱਛੇ ਨੂੰ ਮੁੜ ਜਵੇ ਤੇ ਖਤਮ ਹੋ ਜਵੇ ਇਸ ਗੱਲ ਦੀ ਅਸੀਂ ਆਸ ਕਰਦੇ ਹਾਂ ਕਿ ਜਦੋਂ ਅਸੀਂ ਕਹਿ ਸਕੀਏ ਕਿ ਅੱਜ ਅਸੀਂ ਬਿਲਕੁਲ ਕੋਵਿਡ ਮੁਕਤ ਹੋ ਚੁੱਕੇ ਹਾਂ ਜਾਂ ਕੋਵਿਡ ਹੁਣ ਸਾਡੇ ਲਈ ਵੱਡਾ ਖਤਰਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ